ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਫਵਾਹ ਨਿਕਲੀ ਹੈ। ਜੀ ਹਾਂ, ਬੀਤੇ ਦਿਨ ਇਸ ਸਾਹਮਣੇ ਆਇਆ ਸੀ ਕਿ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤੇ ਪ੍ਰਿੰਸੀਪਲ ਨੂੰ ਧਮਕੀ ਭਰੀ ਈਮੇਲ ਭੇਜੀ ਗਈ ਸੀ। ਹੁਣ ਇਸ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਸਕੂਲੀ ਬੱਚਿਆਂ ਦੀ ਹੀ ਸ਼ਰਾਰਤ ਸੀ ਜਿਨ੍ਹਾਂ ਨੇ ਪ੍ਰਿੰਸੀਪਲ ਨੂੰ ਧਮਕੀ ਭਰੀ ਈਮੇਲ ਭੇਜੀ। ਜਦੋਂ ਇਨਵੈਸਟੀਗੇਟ ਕੀਤਾ ਗਿਆ ਤਾਂ ਇਹ ਸਾਹਮਣੇ ਆਇਆ ਹੈ ਕਿ ਇਹ ਸਿਰਫ ਇੱਕ ਸ਼ਰਾਰਤ ਸੀ ਤੇ ਧਮਕੀ ਵਾਲੀ ਈਮੇਲ ਅਫਵਾਹ ਨਿਕਲੀ ਹੈ। ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਸੀ, ਜਿੱਥੇ ਲੁਧਿਆਣਾ ਦੇ ਧਾਂਦਰਾ ਰੋਡ ਤੇ ਸਥਿਤ ਹਰਕ੍ਰਿਸ਼ਨ ਨਵੋਦਿਆ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਇੱਕ ਧਮਕੀ ਭਰੀ ਈਮੇਲ ਪ੍ਰਿੰਸੀਪਲ ਨੂੰ ਮਿਲੀ ਸੀ, ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚੀ ਤੇ ਸਕੂਲ ਦਾ ਚੱਪਾ ਚੱਪਾ ਤਲਾਸ਼ਿਆ ਗਿਆ। ਸਕੂਲ ਦੇ ਵਿੱਚ ਬੰਬ ਸਕੁਐਡ ਟੀਮਾਂ ਦੇ ਵੱਲੋਂ ਵੀ ਤਲਾਸ਼ੀ ਲਈ ਗਈ, ਸਰਚ ਅਭਿਆਨ ਚਲਾਇਆ ਗਿਆ, ਪਰ ਕੁਝ ਵੀ ਨਹੀਂ ਮਿਲਿਆ। ਇਸ ਦੌਰਾਨ ਪੁਲਿਸ ਦੇ ਵੱਲੋਂ ਇੱਕ ਵਿਦਿਆਰਥੀ ਨੂੰ ਹਿਰਾਸਤ 'ਚ ਵੀ ਲਿਆ ਗਿਆ, ਜਿਸਨੇ ਬਾਅਦ ਵਿੱਚ ਖੁਲਾਸਾ ਕੀਤਾ ਹੈ ਕਿ ਇਹ ਧਮਕੀ ਭਰੀ ਈਮੇਲ ਸਿਰਫ ਇੱਕ ਅਫਵਾਹ ਹੈ। ਇੱਥੇ ਵਿਦਿਆਰਥੀ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਇਹ ਉਹਨਾਂ ਨੇ ਰਲ ਕੇ ਪਲਾਨ ਬਣਾਇਆ ਸੀ ਤੇ ਪ੍ਰਿੰਸੀਪਲ ਨੂੰ ਈਮੇਲ ਭੇਜੀ ਸੀ ਕਿ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਏਗਾ, ਪਰ ਹੁਣ ਇਹ ਸਾਹਮਣੇ ਆ ਗਿਆ ਕਿ ਸਕੂਲ ਦੇ ਵਿੱਚ ਕੋਈ ਵੀ ਖਤਰਾ ਨਹੀਂ ਹੈ। ਜੋ ਦਹਿਸ਼ਤ ਦਾ ਮਾਹੌਲ ਬਣਿਆ ਸੀ ਤਾਂ ਹੁਣ ਸਥਿਤੀ ਕਾਬੂ ਦੇ ਵਿੱਚ ਹੈ। ਪੁਲਿਸ ਦੇ ਵੱਲੋਂ ਸਕੂਲ ਸਟਾਫ ਨੂੰ ਵੀ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜੋ ਧਮਕੀ ਸੀ ਉਹ ਸਿਰਫ ਇੱਕ ਅਫਵਾਹ ਸੀ, ਬੱਚਿਆਂ ਦੀ ਸ਼ਰਾਰਤ ਸੀ, ਜਿਸ ਲਈ ਇੱਕ ਬੱਚੇ ਨੂੰ ਹਿਰਾਸਤ ਵਿੱਚ ਵੀ ਲਿਆ ਹੋਇਆ ਤੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਕੱਲ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਦਸ਼ਮੇਸ਼ ਪਬਲਿਕ ਸਕੂਲ ਹੈਗਾ ਜਿਹੜਾ ਧਾਂਦਰੇ, ਉੱਥੇ ਇੱਕ ਬੰਬ ਪਲਾਂਟ ਕਰਨ ਸੰਬੰਧੀ ਸਕੂਲ ਵਾਲਿਆਂ ਨੂੰ ਇੱਕ ਈਮੇਲ ਆਈ ਸੀਗੀ ਤੇ ਅਸੀਂ ਮਾਣਯੋਗ ਸੀਪੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਹਿਲ ਆਈਪੀਐਸ, ਉਹਨਾਂ ਦੀ ਏਬਲ ਗਾਈਡੈਂਸ ਤੇ ਉਹਨਾਂ ਦੇ ਇੰਸਟਰਕਸ਼ਨਸ ਮੁਤਾਬਕ ਅਸੀਂ ਫੌਰਨ ਤੌਰ ਤੇ ਕਾਰਵਾਈ ਕਰਦੇ ਹੋਏ ਜਿਹੜੀ ਉਹ ਈਮੇਲ ਆਈ ਸੀ ਅਸੀਂ ਉਸ ਈਮੇਲ ਐਡਰੈਸ ਨੂੰ ਟਰੈਕ ਕੀਤਾ ਤੇ ਅਸੀਂ ਟਰੈਕ ਕਰਕੇ ਜਿਹੜਾ ਜਦੋਂ ਸਾਨੂੰ ਪਤਾ ਲੱਗ ਇੱਕ ਲੜਕਾ ਸੀਗਾ ਜਿਹੜਾ ਉਸ ਸਕੂਲ ਵਿੱਚ 9th ਕਲਾਸ ਦਾ ਇੱਕ ਸਟੂਡੈਂਟ ਹੈਗਾ ਸੀ, ਉਸ ਨੇ ਆਪਣੇ ਦੋਸਤਾਂ ਨਾਲ ਰਲ ਕੇ ਇੱਕ ਬਚਪਨੇ ਵਿੱਚ ਇੱਕ ਪ੍ਰੈਂਕ ਕੀਤਾ ਸੀਗਾ ਤੇ ਅਸੀਂ ਉਸਨੂੰ ਟਰੈਕ ਕਰਕੇ ਜਦੋਂ ਅਸੀਂ ਇਹ ਵੈਰੀਫਾਈ ਗੱਲ ਹੋ ਚੁੱਕੀ ਹੈ ਤੇ ਹੁਣ ਇਹ ਕਿਸੇ ਵੀ ਤਰ੍ਹਾਂ ਦਾ ਮਤਲਬ ਕੋਈ ਖਤਰੇ ਵਾਲੀ ਗੱਲ ਨਹੀਂ ਹੈ, ਫਿਰ ਵੀ ਅਸੀਂ ਪ੍ਰੀਕੋਸ਼ਨਰੀ ਮੈਜਰ ਲੈ ਕੇ ਰਾਤ ਨੂੰ ਵੀ ਅਸੀਂ ਕੱਲ੍ਹ ਐਂਟੀ ਸਕੁਆਡ ਚੈੱਕ ਆਪਣਾ ਬੰਬ ਸਕੁਆਡ ਚੈਕਿੰਗ ਕਰਵਾ ਲਈ ਸੀ ਤੇ ਅੱਜ ਸਵੇਰੇ ਵੀ ਕਰਵਾ ਦਿੱਤੀ ਹੈ ਤੇ ਹੁਣ ਇਸ ਬਾਕੀ ਕਿਸੇ ਵੀ ਤਰ੍ਹਾਂ ਦੀ ਅਫਵਾਹਾਂ ਤੋਂ ਬਚਣ ਦੀ ਖੇਚਲ ਕੀਤੀ ਜਾਵੇ ਤੇ ਲੁਧਿਆਣਾ ਪੁਲਿਸ ਤੁਹਾਡੇ ਨਾਲ ਹੈ। ਥੈਂਕ ਯੂ। ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਫਵਾਹ ਨਿਕਲੀ ਹੈ। ਜੀ ਹਾਂ, ਬੀਤੇ ਦਿਨ ਇਸ ਸਾਹਮਣੇ ਆਇਆ ਸੀ ਕਿ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤੇ ਪ੍ਰਿੰਸੀਪਲ ਨੂੰ ਧਮਕੀ ਭਰੀ ਈਮੇਲ ਭੇਜੀ ਗਈ ਸੀ। ਹੁਣ ਇਸ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਸਕੂਲੀ ਬੱਚਿਆਂ ਦੀ ਹੀ ਸ਼ਰਾਰਤ ਸੀ ਜਿਨ੍ਹਾਂ ਨੇ ਪ੍ਰਿੰਸੀਪਲ ਨੂੰ ਧਮਕੀ ਭਰੀ ਈਮੇਲ ਭੇਜੀ। ਜਦੋਂ ਇਨਵੈਸਟੀਗੇਟ ਕੀਤਾ ਗਿਆ ਤਾਂ ਇਹ ਸਾਹਮਣੇ ਆਇਆ ਹੈ ਕਿ ਇਹ ਸਿਰਫ ਇੱਕ ਸ਼ਰਾਰਤ ਸੀ ਤੇ ਧਮਕੀ ਵਾਲੀ ਈਮੇਲ ਅਫਵਾਹ ਨਿਕਲੀ ਹੈ। ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਸੀ, ਜਿੱਥੇ ਲੁਧਿਆਣਾ ਦੇ ਧਾਂਦਰਾ ਰੋਡ ਤੇ ਸਥਿਤ ਹਰਕ੍ਰਿਸ਼ਨ ਨਵੋਦਿਆ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਇੱਕ ਧਮਕੀ ਭਰੀ ਈਮੇਲ ਪ੍ਰਿੰਸੀਪਲ ਨੂੰ ਮਿਲੀ ਸੀ, ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚੀ ਤੇ ਸਕੂਲ ਦਾ ਚੱਪਾ ਚੱਪਾ ਤਲਾਸ਼ਿਆ ਗਿਆ। ਸਕੂਲ ਦੇ ਵਿੱਚ ਬੰਬ ਸਕੁਐਡ ਟੀਮਾਂ ਦੇ ਵੱਲੋਂ ਵੀ ਤਲਾਸ਼ੀ ਲਈ ਗਈ, ਸਰਚ ਅਭਿਆਨ ਚਲਾਇਆ ਗਿਆ, ਪਰ ਕੁਝ ਵੀ ਨਹੀਂ ਮਿਲਿਆ। ਇਸ ਦੌਰਾਨ ਪੁਲਿਸ ਦੇ ਵੱਲੋਂ ਇੱਕ ਵਿਦਿਆਰਥੀ ਨੂੰ ਹਿਰਾਸਤ 'ਚ ਵੀ ਲਿਆ ਗਿਆ, ਜਿਸਨੇ ਬਾਅਦ ਵਿੱਚ ਖੁਲਾਸਾ ਕੀਤਾ ਹੈ ਕਿ ਇਹ ਧਮਕੀ ਭਰੀ ਈਮੇਲ ਸਿਰਫ ਇੱਕ ਅਫਵਾਹ ਹੈ। ਇੱਥੇ ਵਿਦਿਆਰਥੀ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਇਹ ਉਹਨਾਂ ਨੇ ਰਲ ਕੇ ਪਲਾਨ ਬਣਾਇਆ ਸੀ ਤੇ ਪ੍ਰਿੰਸੀਪਲ ਨੂੰ ਈਮੇਲ ਭੇਜੀ ਸੀ ਕਿ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਏਗਾ, ਪਰ ਹੁਣ ਇਹ ਸਾਹਮਣੇ ਆ ਗਿਆ ਕਿ ਸਕੂਲ ਦੇ ਵਿੱਚ ਕੋਈ ਵੀ ਖਤਰਾ ਨਹੀਂ ਹੈ। ਜੋ ਦਹਿਸ਼ਤ ਦਾ ਮਾਹੌਲ ਬਣਿਆ ਸੀ ਤਾਂ ਹੁਣ ਸਥਿਤੀ ਕਾਬੂ ਦੇ ਵਿੱਚ ਹੈ।
ਪੁਲਿਸ ਦੇ ਵੱਲੋਂ ਸਕੂਲ ਸਟਾਫ ਨੂੰ ਵੀ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜੋ ਧਮਕੀ ਸੀ ਉਹ ਸਿਰਫ ਇੱਕ ਅਫਵਾਹ ਸੀ, ਬੱਚਿਆਂ ਦੀ ਸ਼ਰਾਰਤ ਸੀ, ਜਿਸ ਲਈ ਇੱਕ ਬੱਚੇ ਨੂੰ ਹਿਰਾਸਤ ਵਿੱਚ ਵੀ ਲਿਆ ਹੋਇਆ ਹੈ ਤੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਕੱਲ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਦਸ਼ਮੇਸ਼ ਪਬਲਿਕ ਸਕੂਲ ਹੈਗਾ ਜਿਹੜਾ ਧਾਂਦਰੇ, ਉੱਥੇ ਇੱਕ ਬੰਬ ਪਲਾਂਟ ਕਰਨ ਸੰਬੰਧੀ ਸਕੂਲ ਵਾਲਿਆਂ ਨੂੰ ਇੱਕ ਈਮੇਲ ਆਈ ਸੀਗੀ ਤੇ ਅਸੀਂ ਮਾਣਯੋਗ ਸੀਪੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਹਿਲ IPS ਉਹਨਾਂ ਦੀ ਏਬਲ ਗਾਈਡੈਂਸ ਤੇ ਉਹਨਾਂ ਦੇ ਇੰਸਟਰਕਸ਼ਨਸ ਮੁਤਾਬਕ ਅਸੀਂ ਫੌਰਨ ਤੌਰ ਤੇ ਕਾਰਵਾਈ ਕਰਦੇ ਹੋਏ ਜਿਹੜੀ ਉਹ ਈਮੇਲ ਆਈ ਸੀ ਅਸੀਂ ਉਸ ਈਮੇਲ ਐਡਰੈਸ ਨੂੰ ਟਰੈਕ ਕੀਤਾ ਤੇ ਅਸੀਂ ਟਰੈਕ ਕਰਕੇ ਜਿਹੜਾ ਜਦੋਂ ਸਾਨੂੰ ਪਤਾ ਲੱਗ ਇੱਕ ਲੜਕਾ ਸੀਗਾ ਜਿਹੜਾ ਉਸ ਸਕੂਲ ਵਿੱਚ 9th ਕਲਾਸ ਦਾ ਇੱਕ ਸਟੂਡੈਂਟ ਹੈਗਾ ਸੀ, ਉਸ ਨੇ ਆਪਣੇ ਦੋਸਤਾਂ ਨਾਲ ਰਲ ਕੇ ਇੱਕ ਬਚਪਨੇ ਵਿੱਚ ਇੱਕ ਪ੍ਰੈਂਕ ਕੀਤਾ ਸੀਗਾ ਤੇ ਅਸੀਂ ਉਸਨੂੰ ਟਰੈਕ ਕਰਕੇ ਜਦੋਂ ਅਸੀਂ ਇਹ ਵੈਰੀਫਾਈ ਗੱਲ ਹੋ ਚੁੱਕੀ ਹੈ ਤੇ ਹੁਣ ਇਹ ਕਿਸੇ ਵੀ ਤਰ੍ਹਾਂ ਦਾ ਮਤਲਬ ਕੋਈ ਖਤਰੇ ਵਾਲੀ ਗੱਲ ਨਹੀਂ ਹੈ, ਫਿਰ ਵੀ ਅਸੀਂ ਪ੍ਰੀਕੋਸ਼ਨਰੀ ਮੈਜਰ ਲੈ ਕੇ ਰਾਤ ਨੂੰ ਵੀ ਅਸੀਂ ਕੱਲ ਐਂਟੀ ਸਕੁਆਡ ਚੈੱਕ ਆਪਣਾ ਬੰਬ ਸਕੁਆਡ ਚੈਕਿੰਗ ਕਰਵਾ ਲਈ ਸੀ ਤੇ ਅੱਜ ਸਵੇਰੇ ਵੀ ਕਰਵਾ ਦਿੱਤੀ ਹੈ ਤੇ ਹੁਣ ਇਸ ਬਾਕੀ ਕਿਸੇ ਵੀ ਤਰ੍ਹਾਂ ਦੀ ਅਫਵਾਹਾਂ ਤੋਂ ਬਚਣ ਦੀ ਖੇਚਲ ਕੀਤੀ ਜਾਵੇ ਤੇ ਲੁਧਿਆਣਾ ਪੁਲਿਸ ਤੁਹਾਡੇ ਨਾਲ ਹੈ। ਥੈਂਕ ਯੂ।